ਰਹਿੰਦੇ ਆ ਉੱਥੇ ਜਾਨਵਰ ਕੁਰਬਾਨੀ ਦਾ ਵੱਡਾ ਛੋਟਾ ਕੋਈ ਜਾਨਵਰ ਵੇਨੇ ਆ ਤਾਂ ਪਸੰਦ ਕਰ ਰਹਿੰਦੇ ਆ ਕਰਕੇ ਤੇ ਮੋੜਮ ਨੇ ਠੀਕ ਹੈ ਠੀਕ ਹੈ ਜੀ ਚਲਿਏ ਪਸੰਦ ਕਰ ਆ ਪਸੰਦ ਕਰ ਅੱਛਾ ਲੱਗਾ ਜਾਨਵਰ ਕਿਉਂਕਿ ਪੈਸੇ ਦੇਣ ਲੈਣਾ ਕੋਈ ਨੀ ਜਿਹੜਾ ਸਹੀ ਉਹਨਾਂ ਦਾ ਮਾਲਕ ਹੈ ਜਾਂ ਮੁਨਸ਼ੀ ਉਸ ਨਾਲ ਆਪਾਂ ਗੱਲ ਕਰ ਲਈ ਅਸਲਾਮ ਵਾਲੇਕੁਮ ਕਰੀਏ ਬਾਹਰੋਂ ਲੈਣਾ ਕੁਰਬਾਨੀ ਵਾਸਤੇ ਸਾਰੇ ਡੋਰ ਆਪਣੇ ਖਲੇ ਜਿਹੜਾ ਮਰਜ਼ੀ ਪਸੰਦ ਕਿੰਨੇ ਦਾ ਇਹ 50,000 ਦਾ ਐਡਾ ਕਿਉਂ ਘੱਟ ਰੇਟ ਇਹ ਸਕੂਲ ਨਹੀਂ ਜਾਂਦਾ ਦੋ ਲੱਖ ਰੁਪਇਆ ਇਹ ਖਬਰਾਂ ਸੁਣਾਉਂਦੀ ਏ ਜੀ ਆ ਸੁਣਾ ਕਿਹੜੀ ਕਿਹੜੀ ਖਬਰਾਂ ਕੋਈ ਨਹੀਂ ਸੁਣਾਉਂਦਾ ਇਹ ਪੂਰੇ ਪਾਕਿਸਤਾਨ ਦੀ ਡਿਟੇਲ ਰੱਖੀ ਬੱਚੇ ਕੰਮ ਕਰੋ ਤੁਹਾਨੂੰ ਉਹ ਜਾਨਵਰ ਦੇਣਾ ਨਾ ਆਏ ਅੱਛਾ ਆ ਜਿਹੜੇ ਦੋ ਬਾਲ ਹੈ ਨਾ ਇਹ ਨਾ ਸਕੂਲ ਅਜੇ ਤਾਂ ਗਿਆ ਨਾ ਕੁਛ ਹੈ ਪੜ੍ਹੀ ਇਹਨੇ ਇਹ ਤੁਹਾਨੂੰ ਮੈਂ ਵਾਰੇ ਦੇ ਦੇ ਸਾਂ ਤੇ ਇਹ ਹੀ ਲਾ ਲਿਓ ਜਿਤਨੇ ਆਖੇ ਨੀ ਉਤਨੇ ਦਿੱਤੀ ਵਈ ਨੇ ਆ ਤੇ ਗਿਣ ਕੇ ਤੇ ਜੇਬੇ ਪਾ ਲਾ ਤੇਰੀ ਸਾਡੀ ਗੱਲ ਹੋ ਗਈ ਥੋੜਾ ਸਾ ਹੋਰ ਪਿਆ ਛੁੜੇਂ ਦੇ ਠੀਕ ਆ ਆਪਾਂ ਸੁਣਾਵਾਂ ਬਰਾ ਇਹ ਨਹੀਂ ਜਾਂਦਾ ਇਹ ਆਂਦਾ ਮੈਂ ਭੰਨਣਾ ਹੀ ਕੋਈ ਨਹੀਂ ਪੈਸੇ ਮਿਲ ਗਏ ਡੰਗਰ ਵਿਛੇਂਦੇ ਪਿਆ ਪੈਸੇ ਕਾਬੂ ਕਰਨ ਟੋਰੀ ਪਾਵਾ ਪੈਸੇ ਮਿਲ ਗਏ ਮੈਂ ਤਾਂ ਪਿਆ ਜਾਂਦਾ ਮੇਰੇ ਤਾਂ ਮਜ਼ੇ ਹੋ ਗਏ ਤੂੰ ਆਈ ਨੀ ਵਾੜੇ ਤੇ ਮਿਲ ਗਿਆ ਇਹਨੂੰ ਪੜਾਈ ਸਾਂ ਆਇਆ ਆਪਾਂ ਜ਼ੌਕੀ ਬਿਹਤਰੀਨ ਕਾਰਕਨ ਪੜਾਈ ਸਾਂ ਆਏ ਮੀਆਂ ਸਹੀ ਹੈ ਓਏ ਕਿਤੇ ਲਈ ਵਿੰਦੇ ਹੋ ਓਏ ਬੜਾ ਖਿਆਲ ਰਹੀ ਇਹ ਅਸਲ ਇਹ ਜੀ ਮੁੱਲ ਇਹਨੂੰ ਅਸਾਂ ਜਨ ਪੜਾ ਲਿਖਾ ਕੇ ਤੇ ਅਗਲੀ ਕੁਰਬਾਨੀ ਵਾਸਤੇ ਲਈ ਆ ਕੁਰਬਾਨੀ ਤੇ ਕਰਨਾ ਇਹਨੂੰ ਅੱਛਾ ਤੇ ਤੁਹਾਨੂੰ ਕਹੇ ਵੇਚਿਆ ਸਾਨੂੰ ਉੱਥੇ ਇੱਕ ਨੰਬਰਦਾਰ ਖਲੋਤਾ ਆਈ ਪਈ ਉਸ ਦਿੱਤਾ ਆਈ ਪਈ ਓਏ ਤਾਂ ਮੇਰਾ ਪਿਆ ਜਾਨਵਰ ਹੈ ਉਹ ਤਾਂ ਚੋਰ ਆਈ ਪਿਆ ਡੰਗਰ ਪੁੱਛ ਕੇ ਮਾਲ ਵਿੱਚ ਭੁੱਖਾ ਤੇ ਰੋਟੀ ਖਾਵਣੀ ਆਈ ਤੇ ਪੈਸੇ ਕੇ ਨਾ ਤੇ ਦਾ ਲੱਗਾ ਤੇ ਮੈਂ ਵੇਚ ਛੋੜਿਆ ਚਾ ਕੇ ਪੈਸੇ
ਪੈਸੇ ਫੱਦੋ ਆਪਣੇ ਠੀਕ ਹੈ ਠੀਕ ਹੈ ਜੀ ਇਹ ਰਾਣੇ ਦਾ ਬਹਾਨਾ ਹੈ ਪਿਆ ਠੀਕ ਹੈ ਇੱਥੇ ਅਗਰ ਕੋਈ ਮਾਲ ਹੋਵੇ ਸਾਡੇ ਕੋਲ ਪੁੱਛ ਕੇ ਲਓ ਕੋਈ ਤਾਂ ਸਭ ਤਾਬੇਦਾਰ ਜੀ ਅਗਰ ਤੂੰ ਸਾਨੂੰ ਤੇ ਸਾਨੂੰ ਤਾਂ ਪੈਸੇ ਨਹੀਂ 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 ਬਿਲਕੁਲ ਤੂੰ ਫੱਦੋ ਠੀਕ ਹੈ ਤਾਂ ਪੁੱਛ ਕੇ ਦੱਸ ਠੀਕ ਹੈ ਜਨਾਬ ਠੀਕ ਹੈ ਰਾਣਾ ਸਾਹਿਬ ਠੀਕ ਹੈ ਮੇਰੇ ਅੱਲਾ ਜਨਾਬ ਸਾਡੀ ਤਾਂ ਕੁਰਬਾਨੀ ਥਾਂ ਹੀ ਹੋ ਗਈ ਹੈ ਜਿਵੇਂ ਅੱਲਾ ਸਾਨੂੰ ਵਾਪਸੀ ਪੈਸੇ ਦੇ ਦੇ ਵੀਰਾ ਜੀ